गल मनो ये हुणे तुहानू वीडियो च इहदे विच फोटोआं दे विच इहदे विच लग जाणे ने नाल और फोटोज़ पाईआं ने लोकां दे हालात की ने लोक तड़प रहे ने तो फर्ज तुहाडा बणदा सी सारी एडमिनिस्ट्रेशन तुसीं चलाउंदे हो तुहाडे हत्थां चों चलदी आ तुहाडे फोनां दे उत्ते चलदी आ ਤੁਸੀਂ ਵੀ ਸੜਕਾਂ ਤੇ ਆਓ ਨਹੀਂ ਤੇ ਫਿਰ ਜੇ ਨਹੀਂ ਆਉਣਾ ਤੇ ਡਾਕਟਰਾਂ ਨੂੰ ਵੀ ਘਰ ਬਿਠਾ ਦਿਓ ਸਫਾਈ ਸੇਵਕਾਂ ਨੂੰ ਵੀ ਘਰ ਬਿਠਾ ਦਿਓ ਔਰ ਜਿਹੜੀ ਪੁਲਿਸ ਹੈ ਉਹਨਾਂ ਨੂੰ ਵੀ ਘਰ ਬਿਠਾ ਕੇ ਉਹਨਾਂ ਨੂੰ ਬੱਚਿਆਂ ਦੇ ਨਾਲ ਉਹਨਾਂ ਨੂੰ ਆਪਣਾ ਆਪਣਾ ਪਰਹੇਜ ਕਰਨ ਦਿਓ ਉਹ ਸੜਕਾਂ ਤੇ ਕਿਉਂ ਮਰ ਰਹੇ ਆ ਕਿਤੇ ਨਾ ਕਿਤੇ ਦਬਾਅ ਹੈ ਮੈਂ ਵੀ ਜੀਣਾ ਚਾਹੁੰਦਾ ਸਾਰੀ ਦੁਨੀਆ ਜੀਣਾ ਚਾਹੁੰਦੀ ਹੈ ਪਰ ਜੇ ਮੈਂ ਵੱਡੀਆਂ ਵੱਡੀਆਂ ਡੀਂਗਾਂ ਲੋਕਾਂ ਨਾਲ ਮਾਰਦਾ ਰਿਹਾ ਕਿ ਲੋਕਾਂ ਲਈ ਮੈਂ ਲੜਨਾ ਲੋਕਾਂ ਨਾਲ ਮਰਨਾ ਜੇ ਸਾਹ ਲੋਕਾਂ ਲਈ ਚਲੇ ਵੀ ਗਏ ਤੇ ਮੈਨੂੰ ਕਿਸੇ ਗੱਲ ਦਾ ਗਰੇਜ ਨਹੀਂ ਗਾ ਮੈਂ ਬੜਾ ਵੱਡਾ ਮਤਲਬ ਮਰਨ ਲੱਗਿਆ ਵੀ ਫਖਰ ਮਹਿਸੂਸ ਕਰੂੰਗਾ ਇਹਦੇ ਵਿੱਚ ਹੈਰਾਨਗੀ ਦੀ ਗੱਲ ਦੱਸਾਂ ਤੇ ਬਸ਼ਰਮੀ ਦੀ ਕਈ ਪੋਲੀਟੀਸ਼ੀਅਨ ਸਾਨੂੰ ਫੋਨ ਕਰ ਰਹੇ ਨੇ ਲਿਸਟਾਂ ਬਣਾ ਕੇ ਕਿ ਇੱਥੇ ਰਾਸ਼ਨ ਭੇਜ ਦਿਓ ਮੈਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਤਾੜਨਾ ਕਰਦਾ ਜਾਂ ਤਾਂ ਆਪ ਸੜਕਾਂ 'ਤੇ ਉਤਰੋ ਨਹੀਂ ਤਾਂ ਸਾਨੂੰ ਲਿਸਟਾਂ ਨਾ ਭੇਜੋ ਮੈਂ ਤੁਹਾਡੇ ਨਾਂ ਜਿਹੜੇ ਸਾਰੇ ਨਸ਼ਰ ਕਰ ਦੂੰਗਾ ਦੋਸਤੋ ਕੱਲ੍ਹ ਅਸੀਂ ਕਿਹਾ ਸੀਗਾ ਕਿ ਜਿਨ੍ਹਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਵੀ ਬੰਦ ਦੌਰਾਨ ਕੋਈ ਰਾਸ਼ਨ ਦੀ ਦਿੱਕਤ ਆਉਂਦੀ ਉਹਨਾਂ ਦੇ ਘਰਾਂ ਦੇ ਵਿੱਚ ਰਾਸ਼ਨ ਜਿਹੜਾ ਪਹੁੰਚਾਇਆ ਜਾਊਗਾ ਸਾਨੂੰ ਤਾਂ ਇਹ ਸੀਗਾ ਕਿ 31 ਤਰੀਕ ਤੱਕ ਜਿਹੜਾ ਬੰਦ ਹੈ ਉਦੋਂ ਤੱਕ ਇਹ ਉਪਰਾਲਾ ਜਿਹੜਾ ਅਸੀਂ ਨਿਭਾਵਾਂਗੇ ਪਰ ਰਾਤ ਮੋਦੀ ਸਾਹਿਬ ਨੇ ਇਹਨੂੰ 21 ਦਿਨ ਦਾ ਕਰ ਦਿੱਤਾ ਔਰ ਅੱਜ ਅਸੀਂ ਜ਼ਮੀਨੀ ਪੱਧਰ ਦੇ ਉੱਤੇ ਜਿਹੜਾ ਰਾਸ਼ਨ ਵੰਡਣ ਦੀ ਇਹ ਮੁਹਿੰਮ ਸ਼ੁਰੂ ਕੀਤੀ ਘਰ ਘਰ ਜਾ ਕੇ ਲੋਕਾਂ ਨੂੰ ਬਾਹਰ ਨਾ ਆਉਣਾ ਪਵੇ ਕਿਉਂਕਿ ਬਾਹਰ ਨਿਕਲਣਾ ਔਖਾ ਸੀਗਾ ਸੜਕਾਂ 'ਤੇ ਆ ਕੇ ਸਮਾਨ ਲੈਣਾ ਔਰ ਇਹਦੇ ਨਾਲ ਨਾਲ ਇੰਨੀ ਗਰੀਬੀ ਔਰ ਇੰਨੇ ਹਾਲਾਤ ਜਿਹੜੇ ਮਾੜੇ ਸਾਹਮਣੇ ਆਏ ਔਰ ਹਾਲਾਤ ਇੱਥੋਂ ਤੱਕ ਬਦਤਰ ਸੀਗੇ ਕਿ ਜਿਹੜੀਆਂ ਜਿਹੜੀਆਂ ਸਾਨੂੰ ਫੋਨ ਕਾਲਜ਼ ਆਉਂਦੀਆਂ ਸੀ ਅਸੀਂ ਇਹ ਕੋਸ਼ਿਸ਼ ਕੀਤੀ ਸੀ ਕਿ ਸਮਾਨ ਉਹਨਾਂ ਦੇ ਉੱਤੇ ਹੀ ਪਹੁੰਚਾਇਆ ਜਾਵੇ ਪਰ ਜਦੋਂ ਅਸੀਂ ਕਿਸੇ ਵੀ ਮਹੱਲੇ ਦੇ ਵਿੱਚ ਗਏ ਹਾਂ ਉੱਥੇ ਲੋਕਾਂ ਦੇ ਇੰਨੇ ਹਜੂਮ ਜਿਹੜੇ ਇਕੱਠੇ ਹੋਣ ਦੀ ਤਿਆਰੀ ਦੇ ਵਿੱਚ ਸੀਗੇ ਔਰ ਲਿਟਰਲੀ ਲੋਕਾਂ ਨੇ ਸਾਨੂੰ ਗਾਲਾਂ ਤੱਕ ਗੰਦੀਆਂ ਕੱਢੀਆਂ ਕਿ ਤੁਸੀਂ ਸਾਡੇ ਲਈ ਸਮਾਨ ਕਿਉਂ ਨਹੀਂ ਲੈ ਕੇ ਆਏ ਕਿਉਂਕਿ ਉਹਨਾਂ ਸਾਨੂੰ ਦੱਸਿਆ ਨਹੀਂ ਸੀ ਮੈਂ ਉਹਨਾਂ ਦੀਆਂ ਗਾਲਾਂ ਦਾ ਬਿਲਕੁਲ ਗੁੱਸਾ ਨਾ ਮੈਂ ਕੀਤਾ ਅਤੇ ਨਾ ਸਾਡੀ ਟੀਮ ਨੇ ਕੀਤਾ ਸਾਨੂੰ ਉਹਨਾਂ ਦੀਆਂ ਗਾਲਾਂ ਸੁਣ ਕੇ ਉਹਨਾਂ ਦੇ ਉੱਤੇ ਤਰਸ ਆ ਰਿਹਾ ਸੀ ਕਾਰਨ ਕੀ ਸੀਗਾ ਕਿ ਹਾਲਾਤ ਇਹੋ ਜਿਹੇ ਬਣ ਚੁੱਕੇ ਉਹਨਾਂ ਦੇ ਬੱਚੇ ਭੁੱਖੇ ਮਰ ਰਹੇ ਉਹਨਾਂ ਦੇ ਘਰ 'ਚ ਰੋਟੀ ਨਹੀਂ ਔਰ ਉਹ ਗਾਲਾਂ ਜਿਹੜੀਆਂ ਕੱਢਦੇ ਰਹੇ ਉਹ ਚਿੰਤਾ ਦੇ ਵਿੱਚ ਅਤੇ ਜਿਹੜੀ ਉਹਨਾਂ ਦੇ ਮਨ ਦੇ ਵਿੱਚ ਇੱਕ ਬੇਭਰੋਸਗੀ ਹੈ ਕਿ ਅੱਗੋਂ ਰਾਸ਼ਨ ਆਉਣਾ ਕਿ ਨਹੀਂ ਆਉਣਾ ਬੱਚੇ ਅੱਗੋਂ ਪੜ੍ਹਨੇ ਕਿ ਨਹੀਂ ਪੜ੍ਹਨੇ ਉਸ ਵਜ੍ਹਾ ਦੇ ਨਾਲ ਉਹਨਾਂ ਸਾਨੂੰ ਗਾਲਾਂ ਕੱਢੀਆਂ ਕਿਤੇ ਨਾ ਕਿਤੇ ਉਹਨਾਂ ਦੀ ਮਜਬੂਰੀ ਜਿਹੜੀ ਸਾਨੂੰ ਝਲਕਦੀ ਸੀ ਫਿਰ ਵੀ ਪੁਲਿਸ ਪ੍ਰਸ਼ਾਸਨ ਨੇ ਸਾਡਾ ਮੈਂ ਜ਼ਿਲ੍ਹੇ ਦੀ ਪੁਲਿਸ ਦਾ ਧੰਨਵਾਦੀ ਔਰ ਮੈਂ ਪਹਿਲੀ ਵਾਰ ਧੰਨਵਾਦ ਕਰਨ ਲੱਗਾ ਕਿ ਕਮਿਸ਼ਨਰ ਸਾਹਿਬ ਨੇ DCP ਨੇ ਬਹੁਤ ਵਧੀਆ ਡਿਊਟੀਆਂ ਲਾਈਆਂ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਅਤੇ ਇੰਨੀ ਜ਼ਿਆਦਾ ਗਰੀਬੀ ਅਤੇ ਇੰਨੀ ਜ਼ਿਆਦਾ ਚਿੰਤਾ ਹੈ ਕਿਤੇ ਨਾ ਕਿਤੇ ਪੁਲਿਸ ਵੀ ਜਿਹੜੀ ਬੇਵੱਸ ਲੱਗਦੀ ਸੀਗੀ ਲੋਕਾਂ ਕੋਲ ਸੱਚ 'ਚ ਰੋਟੀ ਨਹੀਂ ਹੈ ਮੇਰੀ ਗੱਲ ਮੰਨੋ ਇਹ ਹੁਣੇ ਤੁਹਾਨੂੰ ਵੀਡੀਓ 'ਚ ਇਹਦੇ ਵਿੱਚ ਫੋਟੋਆਂ ਦੇ ਵਿੱਚ ਇਹਦੇ ਵਿੱਚ ਲੱਗ ਜਾਣੇ ਨੇ ਨਾਲ ਔਰ ਫੋਟੋਜ਼ ਪਾਈਆਂ ਨੇ ਲੋਕਾਂ ਦੇ ਹਾਲਾਤ ਕੀ ਨੇ ਲੋਕ ਤੜਪ ਰਹੇ ਨੇ ਜਿੰਨੀਆਂ ਸਾਨੂੰ ਕਾਲਜ਼ ਆਈਆਂ ਆ ਹੁਣ ਅਸੀਂ ਰਾਤ ਨੂੰ ਹੁਣ ਵਿਹਲੇ ਹੋ ਕੇ ਆਏ ਹਾਂ 300 ਦੇ ਕਰੀਬ ਲੋਕਾਂ ਦੇ ਘਰਾਂ 'ਚ ਅਸੀਂ ਅੰਨ ਦੇ ਜਿਹੜੇ ਪੈਕਟ ਦੇ ਕੇ ਆਏ ਹਾਂ ਔਰ ਬਹੁਤ ਜ਼ਿਆਦੀਆਂ ਫੋਨਸ ਕਾਲ ਆ ਰਹੀਆਂ ਨੇ ਔਰ ਕੋਸ਼ਿਸ਼ ਹੈ ਕਿ ਉਹਨਾਂ ਤੱਕ ਕੱਲ੍ਹ ਵੀ ਜਿਹੜੀਆਂ ਕਾਲਜ਼ ਹੋਣਗੀਆਂ ਰੂਟੀਨ 'ਚ ਜਿਹੜੀਆਂ ਆਉਣਗੀਆਂ ਉਹਨਾਂ ਤੱਕ ਰਾਸ਼ਨ ਪੁੱਜਦਾ ਕੀਤਾ ਜਾਊਗਾ ਔਰ ਬਹੁਤ ਜ਼ਿਆਦਾ ਸਾਥ ਦੀ ਲੋੜ ਹੈ ਕਿਉਂਕਿ ਕੱਲ੍ਹ ਮੋਦੀ ਸਾਹਿਬ ਨੇ 21 ਦਿਨ ਲਈ ਬੰਦ ਕਰ ਦਿੱਤਾ ਇਹਦੇ ਨਾਲ ਨਾਲ ਰਿਲੀਫ ਕੋਈ ਨਹੀਂ ਦਿੱਤੀ ਹਾਂ ਹੈਲਥ ਦੇ ਉੱਤੇ ਉਹਨਾਂ ਨੇ ਆਪਣੇ ਫੰਡ ਜ਼ਰੂਰ ਜਾਰੀ ਕੀਤੇ ਲੋਕਾਂ ਕੋਲ ਰੋਟੀ ਨਹੀਂ ਹੈ ਬਦਕਿਸਮਤੀ ਕੀ ਹੈ ਸਾਡੇ ਪੰਜਾਬ ਦਾ ਇੱਕ ਚੇਅਰਮੈਨ ਜਿਹੜੇ ਮੇਰੇ ਖਿਆਲ ਕਿਸੇ ਡਿਪਾਰਟਮੈਂਟ ਦੇ ਨੇ ਉਹਨਾਂ ਕੋਲ ਸਾਰੇ ਏਰੀਏ ਦੇ ਗੋਦਾਮ ਹੋਣਗੇ ਉਹ ਅੱਜ ਚੱਕੀ ਵਾਲਿਆਂ ਨੂੰ ਫੋਨ ਕਰਦੇ ਵੇਖੇ ਗਏ ਕਿ ਰਾਸ਼ਨ ਚਾਹੀਦਾ ਆਟਾ ਚਾਹੀਦਾ ਇਹ ਹਾਲਾਤ ਬਣੇ ਪਏ ਨੇ ਸਰਕਾਰ ਨੂੰ ਗੋਦਾਮਾਂ ਦੇ ਮੂੰਹ ਖੋਲ੍ਹ ਦੇਣੇ ਚਾਹੀਦੇ ਨੇ ਲੋਕਾਂ ਨੂੰ ਰਾਸ਼ਨ ਜਿਹੜਾ ਦੇਣਾ ਚਾਹੀਦਾ ਹਾਂ ਪ੍ਰਸ਼ਾਸਨ ਨੇ ਨੰਬਰ ਜਾਰੀ ਕੀਤੇ ਨੇ ਕਿ ਇਹਦੇ ਕੋਲ ਸਬਜ਼ੀ ਲੈ ਲਓ ਇਹਦੇ ਕੋਲ ਦੁੱਧ ਲੈ ਲਓ ਇਹਦੇ ਕੋਲ ਰਾਸ਼ਨ ਲੈ ਲਓ ਪਰ ਮੁੱਲ ਜਿਨ੍ਹਾਂ ਦੀ ਦਿਹਾੜੀ ਨਹੀਂ ਲੱਗਦੀ ਜਿਹੜੇ ਬੇਰੁਜ਼ਗਾਰ ਨੇ ਜਿਨ੍ਹਾਂ ਕੋਲ ਰੋਟੀ ਨਹੀਂ ਹੈਗੀ ਉਹਨਾਂ ਪੈਸੇ ਕਿੱਥੋਂ ਖਰਚਣੇ ਸੀ ਮੈਂ ਹੋਰ ਇਹਦੇ ਵਿੱਚ ਹੈਰਾਨਗੀ ਦੀ ਗੱਲ ਦੱਸਾਂ ਅਤੇ ਬਸ਼ਰਮੀ ਦੀ ਕਈ ਪੋਲੀਟੀਸ਼ੀਅਨ ਸਾਨੂੰ ਫੋਨ ਕਰ ਰਹੇ ਨੇ ਲਿਸਟਾਂ ਬਣਾ ਕੇ ਕਿ ਇੱਥੇ ਰਾਸ਼ਨ ਭੇਜ ਦਿਓ ਮੈਂ ਉਹਨਾਂ ਨੂੰ ਸਖਤ ਲਫ਼ਜ਼ਾਂ 'ਚ ਤਾੜਨਾ ਕਰਦਾ ਜਾਂ ਤਾਂ ਆਪ ਸੜਕਾਂ 'ਤੇ ਉਤਰੋ ਨਹੀਂ ਤਾਂ ਸਾਨੂੰ ਲਿਸਟਾਂ ਨਾ ਭੇਜੋ ਮੈਂ ਤੁਹਾਡੇ ਨਾਂ ਜਿਹੜੇ ਸਾਰੇ ਨਸ਼ਰ ਕਰ ਦੂੰਗਾ ਹਾਂ ਤੁਹਾਡੇ ਘਰ 'ਚ ਰਾਸ਼ਨ ਨਹੀਂ ਹੈਗਾ ਤੁਸੀਂ ਇਮਾਨਦਾਰ ਹੋ ਇਮਾਨਦਾਰੀ ਦੀ ਰੋਟੀ ਖਾਂਦੇ ਹੋ ਅਤੇ ਤੁਹਾਡੇ ਘਰ 'ਚ ਮੈਂ ਰਾਸ਼ਨ ਜ਼ਰੂਰ ਪਹੁੰਚਾਊਂਗਾ ਵੀ ਸੈਨੀਟਾਈਜ਼ ਕਰਕੇ ਪਹੁੰਚਾਊਂਗਾ ਕਿਉਂਕਿ ਤੁਹਾਨੂੰ ਲੋਕਾਂ ਨੂੰ ਡਰ ਵੀ ਜ਼ਿਆਦਾ ਆਉਂਦਾ ਤੁਹਾਨੂੰ ਮਰਨ ਦਾ ਖਤਰਾ ਵੀ ਜ਼ਿਆਦਾ ਹਰ ਬੰਦਾ ਕਹਿ ਰਿਹਾ ਬਾਹਰ ਨਾ ਜਾਓ ਹਰ ਗਰੀਬ ਅੱਜ ਸੜਕ 'ਤੇ ਸੀ ਛੋਟੇ ਛੋਟੇ ਮਹੱਲੇ ਦੇ ਵਿੱਚ ਉਹਨੂੰ ਉਹਦੀ ਚਿੰਤਾ ਉਹਨੇ ਬੱਚਿਆਂ ਦੀ ਚਿੰਤਾ ਰੋਟੀ ਦੀ ਚਿੰਤਾ ਉਹਨੂੰ ਸੜਕਾਂ ਦੇ ਉੱਤੇ ਲੈ ਕੇ ਆਈ ਸੀ ਕਿਤੋਂ ਕੋਈ ਹੱਲ ਨਹੀਂ ਲੱਭ ਰਿਹਾ ਔਰ ਪੁਲਿਸ ਵਾਲੇ ਵੀ ਇਸ ਗੱਲ ਨੂੰ ਮਜਬੂਰੀ ਉਹਨਾਂ ਦੀ ਸਮਝਦੇ ਨੇ ਤੁਸੀਂ ਕੀ ਸੋਚਦੇ ਹੋ ਮੇਰੇ ਵੀ ਬੱਚੇ ਛੋਟੇ ਛੋਟੇ ਨੇ 12-12 13-13 ਸਾਲਾਂ ਦੇ ਨੇ ਮੇਰੇ 'ਤੇ ਮੇਰੇ ਪਰਿਵਾਰ ਦਾ ਕਿੰਨਾ ਕੁ ਪ੍ਰੈਸ਼ਰ ਹੋਊਗਾ
पर मैं एक प्रण किया कि ठीक है जिंदगी दे विच मौत एक और आनी है ना, पर कदी भी समाज दे विच जे को बुराइयां जां समाज दे विच लोड़ है उहदे तों मूँह नहीं मोड़ना। मेरे ते भी उन्ना प्रैशर है, मैं बहुत मतलब कताइयां कढ़दा रहा समाज दीआं, मैं अज घर किदां बहि सकदा। तुहानूं भी सारिआं नूं जिहड़ा बाहर आउणा चाहीदा, खास करके पॉलिटिशियन नूं, जे तुसीं बाहर नहीं आउणा ते फिर की गल। सारे मतलब पंजाब दी पुलिस सड़कां ते, हिंदुस्तान दी सारे डाक्टर सड़कां दे उत्ते ने, सारे सफाई सेवक सड़कां दे उत्ते ने, की गल उहनां दे बच्चे नहीं हैगे, उहनां दे परिवारां दा दबाव नहीं हैगा उहनां दे उत्ते कि नौकरियां छड़ दो, वह भी लोग सेवा कर रहे हैं। सेम फर्ज तुहाडा बनता सी, सारी एडमिनिस्ट्रेशन तुसी चलाउंदे हो, तुहाडे हत्थां चों चलदी आ, तुहाडे फोनां दे उत्ते चलदी आ, तुसी भी सड़कां ते आओ, नहीं तो फिर जे नहीं आना तो डाक्टरां नूं भी घर बिठा दो, सफाई सेवकां नूं भी घर बिठा दो, और जिहड़ी पुलिस है उन्हां नूं भी घर बिठा के उन्हां दे बच्चों के नाल उन्हां नूं अपना अपना परहेज कर दो। वह सड़कां ते क्यों मर रहे हैं? नहीं तो फिर रहन दो, सारे जने घर बह जाओ, आपे ही लोग मर, आपे करोना भी मर जूगा तो जेडे लोग ने भुख नाल भी मर जाएंगे। मैं लीडर फिर ए, मैं कहना कि कहें अपील करते घर बैठो, असी भी बैठे हाँ, तो सड़कों पर लोगों के फिर घर राशन की सप्लाई तो मुहैया कराओ, लोग भुख ना मर रहे हैं। किसी डॉक्टर, किसी पुलिस वाले, किसी सफाई वाले सुनया अपील करते कि असी भी घर च बैठे हाँ, तुम भी बह जाओ, वो जो सड़कों पर आ सकते हैं तो भी पूरी पूरी जिम्मेवारी बनती सी। और पुलिस वाले मुलाजमान की टेंशन अच्छ तुम मैं दसन लगा, जेडे चौंकों च खलोते ने कई थानेदार, कई इंस्पैक्टर, कई मुलाजम जिन्हें सानू इथों तक कहा कि साढ़े कोल भी सैनिटाइज कर ली सैनिटाइजर नहीं है, कम से कम उन्होंने तो मुहैया कराओ, जे इन्हों कुछ हो गया तो दुनिया सारी सड़कों पर आ जानी है, तेरे घर तक पहुँच जानी है। जे अपने परिवारों का ख्याल रखते जे ना, तो ये लोग जेडे अपनी जिम्मेवारी निभा रहे हैं, इन्हों का भी ख्याल रखो। जे सारे घर बह गए, जे पुलिस ही घर बह गई तो लोगों का विद्रोह हो जाना वा। होर दो चार दिन च वेखो जिदे घर रोटी ना हुई खीर उन्हें सड़कों पर ओली मजबूर होना वा। और दूजी चीज़ मैं लोगों को अपील कर लगा, अज मैं को बहुत ही ये उत्ते ना मैं सियासत करना चाहना, फिलहाल ये समा सेवा का समा, लोगों दीआं लोड़ां पूरीआं करन दा समा, बहुत साथ जिहड़ा लोगों का देण दी जरूरत है, लोगों को अगे आना चाहिए। घर बैठ के भी किते ना किते असी पैसे किसी कोल ना लैणे ना ले, पर साडा अज दा कम वेख के बहुत ज्यादा संस्थावां अगे आ रही ने, उन्हां दे सानू फोन भी आए हैं। मैं धन्नवाद करदा कि यूथ फॉर ग्लोबल पीस एंड ट्रांसफॉर्मेशन YGPT दे सुख अमृत सिंह मालक ने, उन्होंने अज सानू फोन करके कहा कि 550-600 बैग असी जिहड़ा तुहानू देण नू तैयार हाँ। होर बहुत ज्यादा फोन आ रहे हैं, मैं दसा तुहानू दूरों दूरों फाजिलका, राजस्थान, अबोर, हुशियारपुर, पर असी लोगों नू कहा कि असी सिर्फ अमृतसर शहर दे विच जिहड़ा राशन सप्लाई करन दी मुहिम शुरू की है। मैं जिथे जिथे भी लोग सुनते हैं उन्होंने मैं कहना उत्थे उत्थे टीमां बनाओ, प्रशासन कोल परमिशन लैके लोगों के घर च राशन सप्लाई करो, लोगों नू भुख नाल ना मरन दिओ। एक इत्थे फोन अमृतसर ना करी जाओ, उत्थे आप अगे लगो, लोग तुहाडा साथ भी देणगे, सारे जणे लगणगे, ते ये जिहड़ा करोना दे नाल नाल भुख नाल भी लड़िया जा सकदा। अज मैं खीर च तुहानू इह कहण लगा कि बहुत कमियां साडे कोल अज पहला दिन सीगा रहि भी गईआं होणगीआं, क्योंकि टीम अज छोटी सी, असी कल दो नंबर जारी कीते सी, अज असी YGPT नूं एक रिक्वेस्ट कीती आ कि सानू कॉल सुणन वाले बंदे भी होर चाहीदे ने, और दिन तो ही डेली जिहड़ी होम डिलीवरी है स्कूटर मोटरसाइकिल दे उत्ते उह भी सप्लाई करन वाले लोग चाहीदे ने, उन्हां सानू हामी भरी है कि कल तुहानू उह टीम जिहड़ी पूरी मिल जूगी। कल दो नंबरां तों लैदा असी 3-4 नंबर होर जारी करांगे। मेरी रिक्वेस्ट है कि किते गुस्सा ना करो, एक नंबर नहीं मिलता दूजे ते कर लो, दूजा नहीं मिलता तीजे ते कर लो, सानू जिहड़ा भी तुहाडा फोन आऊगा असी कोशिश करांगे कि शाम तक राशन तुहाडे घर पुजदा कीता जावे। और बेनती है कि 3 बजे तक सानू लिखा दिता जावे, क्योंकि उस तो बाद वंडना भी है, लदना भी है समान, किते ना किते तुहाडे सहयोग की लोड़ है। मैं शहर दे विच जिन्ने भी करियाना स्टोर ने, वड्डे जिहड़े डीलर ने, उन्हां नू भी मेरी बेनती है कि तुहानू पैसे दे के समान लैणा हुंदा, जिथे किते लोड़ है आपो अपने नंबर सानू जरूर भेजो, पुलिस की परमिशन नाल SHO नू नाल लैके कमिश्नर साहब नू कह के तुहाडी दुकान चों समान जिहड़ा सेवा लई कढ़ा लिया जाऊगा। हर तरह का साथ जिहड़ा चाहीदा वह लोगों को मैं झोली अड के मंगदा, और मैं फिर कहना कि ठीक है सारी दुनिया नू डर लगता है कि बाहर नहीं निकलना, मेरे मन ते भी किते ना किते दबाव है, मैं भी जीना चाहुंदा, सारी दुनिया जीना चाहुंदी है, पर जे मैं वड्डियां वड्डियां डींगा लोगों ना मारदा रहा कि लोगों लई मैं लड़ना लोगों ना मरना, जे साह लोगों लई चले भी गए तो मैनू किसी गल का गरेज नहीं गा, मैं बड़ा
ਵੱਡਾ ਮਤਲਬ ਮਰਨ ਲੱਗਿਆ ਵੀ ਫਖਰ ਮਹਿਸੂਸ ਕਰੂੰਗਾ। ਮੈਂ ਅਖੀਰ 'ਚ ਲੋਕਾਂ ਨੂੰ ਅਪੀਲ ਕਰਨ ਲੱਗਾ, ਮੈਂ ਕਹਿਣ ਲੱਗਾ ਉਹਨਾਂ ਲਈ ਦੋ ਸ਼ਬਦ ਜਿਹੜੇ ਜਿਹੜੇ ਲੋਕ ਸਾਡਾ ਸਾਥ ਦੇ ਰਹੇ ਆ ਔਰ ਜਿੱਥੇ ਜਿੱਥੇ ਅਸੀਂ ਰਾਸ਼ਨ ਪਹੁੰਚਾ ਰਹੇ ਹਾਂ ਕਿ ਤੁਹਾਡੇ ਲਈ ਕੁਛ ਵੀ ਕਰਨਾ ਪਿਆ ਅਤੇ ਜ਼ਿੰਦਗੀ ਮੌਤ ਤੁਹਾਡੇ ਲਈ ਹੈ ਕਿ ਮੈਂ ਜਨਮ ਜਨਮ ਤੋਂ ਤੁਹਾਡਾ ਹਾਂ, ਮੈਨੂੰ ਗੈਰਾਂ ਦੇ ਵਿੱਚ ਰੱਖੋ ਭਾਵੇਂ ਤੁਸੀਂ ਮੇਰੇ ਲਈ ਅੰਮ੍ਰਿਤ ਦੀ ਬੂੰਦ ਜਾਏ, ਮੈਨੂੰ ਜ਼ਹਿਰਾਂ ਦੇ ਵਿੱਚ ਰੱਖੋ ਭਾਵੇਂ ਮੈਂ ਮੁਰਸ਼ਦ ਤੁਹਾਨੂੰ ਮੰਨਿਆ, ਮੈਨੂੰ ਖੈਰਾਂ ਦੇ ਵਿੱਚ ਰੱਖੋ ਭਾਵੇਂ, ਬਸ ਰੁਤਬਾ ਦੇ ਦਿਓ ਝਾਂਜਰ ਦਾ ਫਿਰ ਪੈਰਾਂ ਦੇ ਵਿੱਚ ਰੱਖੋ ਭਾਵੇਂ।